ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਹਰ ਜ਼ਿਲ੍ਹੇ ਦੇ ਬਲਾਕ ਪੱਧਰ ਤੇ ਸਿਹਤ ਮੇਲੇ ਲਗਾਏ ਜਾ ਰਹੇ ਹਨ। ਇਸ ਦੇ ਤਹਿਤ ਹੀ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਵੀ ਅੱਜ ਇਹ ਸਿਹਤ ਮੇਲਾ ਲਗਾਇਆ ਗਿਆ, ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਪੰਨੂ ਨੇ ਕੀਤਾ ਹੈ। ਆਪ ਆਗੂ ਨੇ ਇਸ ਮੇਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਇੱਕੋ ਥਾਂ ਤੇ ਵੱਖ ਵੱਖ ਬਿਮਾਰੀਆਂ ਨਾਲ ਸੰਬੰਧਿਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਦੇਣ ਦੇ ਨਾਲ ਮਰੀਜ਼ਾਂ ਦੀ ਸਮੇਂ ਦੀ ਕਾਫ਼ੀ ਬੱਚਤ ਹੁੰਦੀ ਹੈ ਅਤੇ ਹੋਰ ਵੀ ਸਹੂਲਤ ਮਿਲਦੀ ਹੈ। ਇਸ ਸਿਹਤ ਮੇਲੇ ਸੰਬੰਧੀ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਸਾਰੀ ਜਾਣਕਾਰੀ ਦਿੱਤੀ ਹੈ। ਅੱਜ ਜੋ ਫਤਿਹਗੜ੍ਹ ਚੂੜੀਆਂ ਦੇ ਸ਼ਹਿਰ ਫਤਿਹਗੜ੍ਹ ਵਿਖੇ ਸਰਕਾਰੀ ਹੌਸਪੀਟਲ ਵਿੱਚ ਕਾਫੀ ਸਮੇਂ ਤੋਂ ਕੁਝ ਮੁਸ਼ਕਲਾਂ ਆ ਰਹੀਆਂ ਸੀ, ਅੱਜ ਇੱਥੇ ਸਾਰਿਆਂ ਦੇ ਯਤਨ ਸਦਕਾ ਬਹੁਤ ਵਧੀਆ ਤਰੀਕੇ ਨਾਲ ਜੋ ਟੈਕਨੋਲੋਜੀ ਦੀ ਨਵੀਆਂ ਮਸ਼ੀਨਾਂ ਆਈਆਂ ਨੇ, ਅੱਜ ਉਹਨਾਂ ਨੂੰ ਵੀ ਡਾਕਟਰ ਸਾਹਿਬ ਪਹੁੰਚ ਚੁੱਕੇ ਨੇ, ਸਿਵਲ ਸਰਜਨ ਵੀ ਅਤੇ ਆਪਣੇ SMO ਸਾਹਿਬ ਸਾਰਿਆਂ ਦੀ ਰਹਿਨਮਰਾਈ ਹੇਠ ਉਹਨਾਂ ਮਸ਼ੀਨਾਂ ਦਾ ਉਦਘਾਟਨ ਕੀਤਾ ਜਾਵੇਗਾ। ਜੋ ਸਾਡੇ ਇੱਥੋਂ ਦੇ ਲੋਕਲ ਜਿੰਨੇ ਵੀ ਲਾਗੇ ਪਿੰਡ ਲੱਗਦੇ ਨੇ ਅਤੇ ਸ਼ਹਿਰ ਦੇ ਵਾਸੀ ਨੇ, ਉਹਨਾਂ ਦੀਆਂ ਸਹੂਲਤਾਂ ਵਾਸਤੇ ਬੜੀ ਲੋੜ ਸੀ ਅਤੇ ਅੱਜ ਉਹ ਚੀਜ਼ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਅਤੇ ਕਾਫੀ ਸੰਗਤ ਵਾਸਤੇ ਇੱਥੇ ਅੱਜ ਬਲੱਡ ਕੈਂਪ ਡਿਊਨਿਊਟ ਦੇ ਵੀ ਲੱਗੇ ਨੇ ਅਤੇ ਕਾਫੀ ਹੋਰ ਵੀ ਮੈਡੀਕਲ ਕੈਂਪ ਡਾਕਟਰ ਸਾਹਿਬ ਅੱਖਾਂ ਦੇ ਵੀ ਪਹੁੰਚੇ ਨੇ, ਸਿਵਲ ਸਰਜਨ ਵੀ ਪਹੁੰਚੇ ਨੇ, ਹੋਰ ਵੀ ਕਾਫੀ ਸਰਜਨ ਸਾਡੇ ਜੋ ਮਰੀਜ਼ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਵੇਖੋ ਜੀ, ਡਾਕਟਰ ਜੋ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਕਮੀ ਹੈ, ਤਾਂ ਬਿਲਕੁਲ ਤੁਹਾਡੀ ਬਿਲਕੁਲ ਸਹੀ ਸਵਾਲ ਹੈ। ਹੌਸਪੀਟਲਾਂ ਦੇ ਵਿੱਚ ਜੋ ਪਹਿਲਾਂ ਕਮੀਆਂ ਸੀ ਉਹਨਾਂ ਕਮੀਆਂ ਨੂੰ ਦਿਨ ਬਰ ਦਿਨ ਤੁਸੀਂ ਆਪ ਹੀ ਨਤੀਜਾ ਤੁਹਾਡੇ ਸਾਹਮਣੇ ਆਏਗਾ। ਐਂਬੂਲੈਂਸਾਂ ਦੀ ਕਮੀ ਹੈ, ਡਰਾਈਵਰਾਂ ਦੀ ਵੀ ਕਮੀ ਹੈ, ਉਹ ਦਿਨ ਬਰ ਦਿਨ ਅਸੀਂ ਸਰਕਾਰ ਦੇ ਅੱਗੇ ਮੰਗ ਰੱਖੀ ਹੈ। ਮੇਰੀ ਮੰਤਰੀ ਸਾਹਿਬ ਨਾਲ ਦੋ ਦਿਨ ਪਹਿਲਾਂ ਗੱਲ ਹੋਈ ਸੀ, ਇੱਥੇ ਐਂਬੂਲੈਂਸ ਦੀ ਵੀ ਲੋੜ ਹੈ, ਐਂਬੂਲੈਂਸ ਦੇ ਬਾਰੇ ਵੀ ਗੱਲ ਕੀਤੀ ਹੈ, ਇੱਥੇ ਡਰਾਈਵਰ ਦੀ ਵੀ ਕਮੀ ਹੈ ਅਤੇ ਡਰਾਈਵਰ ਵੀ ਪ੍ਰੋਵਾਈਡ ਕਰਾਂਗੇ। ਹੋਰ ਵੀ ਹੋਸਪਿਟਲ ਦੇ ਵਿੱਚ ਜਿਹੜੀ ਵੀ ਚੀਜ਼ ਦੀ ਕਮੀ ਹੋਵੇਗੀ ਆਪਾਂ ਦਿਨ ਬਰ ਦਿਨ ਜੋ ਸਾਡੀ ਸੰਗਤ ਨੂੰ ਲੋੜ ਹੈ ਸੰਗਤ ਵਾਸਤੇ ਅਸੀਂ ਹਰ ਇੱਕ ਪੂਰੀ ਕਰਾਂਗੇ ਜੀ। ਵੇਖੋ ਜੀ, ਸੰਗਤਪੁਰਾ ਰੋਡ ਦੀ 2-4 ਦਿਨ ਪਹਿਲਾਂ ਹੀ ਮੇਰੀ ਗੱਲ ਹੋਈ ਹੈ, ਉਹ ਥੋੜ੍ਹੇ ਦਿਨਾਂ ਤੱਕ ਅਸੀਂ ਸੰਗਤਪੁਰਾ ਰੋਡ ਦਾ ਕੰਮ ਚਾਲੂ ਕਰਵਾ ਦੇਵਾਂਗੇ, ਕਿਉਂਕਿ ਉਹਦੇ ਬਾਰੇ ਥੋੜ੍ਹੀ ਡੀਪਲੀ ਜਾਣਾ ਪੈਣਾ ਸੀ, ਥੋੜ੍ਹਾ ਉਹਦਾ ਕੋਈ ਰੋਲ ਸੀ ਕਿਸੇ ਦਾ, ਉਹਦੇ ਕਰਕੇ ਥੋੜ੍ਹੇ ਦਿਨ ਕਰਕੇ ਉਹ ਡਿਲੇ ਸੀ, ਥੋੜ੍ਹੇ ਦਿਨਾਂ ਤੱਕ ਸੰਗਤਪੁਰਾ ਰੋਲ ਦਾ ਕੰਮ ਚੱਲ। ਡਾਕਟਰ ਵਿਜੇ, ਸਿਵਲ ਸਰਜਨ ਗੁਰਦਾਸਪੁਰ। ਸਰਕਾਰ ਵੱਲੋਂ ਜਿਹੜੇ ਸਾਡੇ 18 ਤੋਂ 22 ਤਰੀਕ ਤੱਕ ਜਿਹੜੇ ਸਿਹਤ ਮੇਲੇ, ਬਲਾਕ ਪੱਧਰੀ ਸਿਹਤ ਮੇਲੇ ਲਗਾਉਣ ਲਈ ਸਰਕਾਰ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸੀ, ਉਹਦੇ ਅੰਤਰਗਤ ਅਸੀਂ ਅੱਜ ਫਤਿਹਗੜ੍ਹ ਚੂੜੀਆਂ ਬਲਾਕ ਵਿੱਚ ਆਪਣਾ ਜਿਹੜਾ ਹੈਲਥ ਮੇਲਾ ਹੈਗਾ ਉਹ ਲਗਾ ਰਹੇ ਹਾਂ। ਇਸ ਮੇਲੇ ਦਾ ਮੰਤਵ ਜਿਹੜਾ ਹੈਗਾ ਕਿ ਸਰਕਾਰ ਵੱਲੋਂ ਜਿਹੜੀਆਂ ਜਿਹੜੀਆਂ ਵੀ ਫੈਸਿਲਿਟੀਆਂ, ਜਿਹੜੇ ਜਿਹੜੇ ਪ੍ਰੋਗਰਾਮ ਸਰਕਾਰ ਚਲਾਉਂਦੀ ਹੈ ਉਹਨਾਂ ਬਾਰੇ ਜਾਗਰੂਕਤਾ ਕਰਨੀ, ਨਾਲ ਨਾਲ ਸਾਡੇ ਹੋਰ ਜਿਹੜੇ ਪ੍ਰੋਗਰਾਮ ਹੈ, ਨਾਲ ਜਿਹੜੇ ਅਸੀਂ ਹਸਪਤਾਲ ਦੇ ਵਿੱਚ ਜਿਹੜੀਆਂ ਸੇਵਾਵਾਂ ਦਿੰਦੇ ਹਾਂ ਉਹਨਾਂ ਬਾਰੇ ਜਾਣੂ ਕਰਨਾ ਲੋਕਾਂ ਨੂੰ, ਇਹ ਉਹਦਾ ਮੰਤਵ ਹੈਗਾ। ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।